ਇੱਕ ਜੇਸੀਬੀ ਮਸ਼ੀਨ ਅਤੇ ਬਾਈਕ ਦੀ ਆਮੋ ਸਾਹਮਣੇ ਟੱਕਰ 'ਚ 3 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਇੱਕ ਵਿਅਕਤੀ ਦੀ ਤਾਂ ਮੌਕੇ 'ਤੇ ਹੀ ਜਾਨ ਚਲੀ ਗਈ, ਜਦਕਿ 2 ਵਿਅਕਤੀਆਂ ਨੂੰ ਜਦੋਂ ਰਾਹਗੀਰਾਂ ਦੀ ਮਦਦ ਦੇ ਨਾਲ ਹਸਪਤਾਲ ਪਹੁੰਚਾਇਆ ਗਿਆ ਤਾਂ 2 ਨੇ ਹਸਪਤਾਲ ਦੇ ਵਿੱਚ ਜਾ ਕੇ ਦਮ ਤੋੜ ਦਿੱਤਾ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਜਲੰਧਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਬਾਈਕ ਅਤੇ ਜੇਸੀਬੀ ਦੇ ਵਿਚਕਾਰ ਆਮੋ ਸਾਹਮਣੇ ਦੀ ਟੱਕਰ ਹੋਈ ਹੈ। ਕਿਹਾ ਜਾ ਰਿਹਾ ਕਿ ਇੱਕ ਬਾਈਕ ਦੇ ਉੱਤੇ ਇਹ 3 ਲੋਕ ਸਵਾਰ ਸੀ, ਹਾਲਾਂਕਿ ਪੱਥਰ ਲਾਉਣ ਦਾ ਇਹ ਘਰਾਂ ਦੇ ਵਿੱਚ ਕੰਮ ਕਰਦੇ ਨੇ, ਪਰ ਕਿਹਾ ਜਾ ਰਿਹਾ ਕਿ ਜਿਵੇਂ ਹੀ ਇਹ ਆਪਣਾ ਕੰਮ ਕਰਕੇ ਘਰ ਵਾਪਸ ਜਾ ਰਹੇ ਸੀ ਤਾਂ ਅਚਾਨਕ ਹੀ ਇਹਨਾਂ ਦੀ ਟੱਕਰ ਜੇਸੀਬੀ ਮਸ਼ੀਨ ਦੇ ਨਾਲ ਹੋ ਜਾਂਦੀ ਹੈ, ਜਿਸ ਦੇ ਵਿੱਚ 3 ਲੋਕਾਂ ਦੀ ਮੌਕੇ 'ਤੇ ਹੀ ਜਾਨ ਚਲੀ ਗਈ ਹੈ। ਹਾਲਾਂਕਿ 1 ਦੀ ਮੌਕੇ 'ਤੇ ਮੌਤ ਹੋਈ ਹੈ, ਜਦਕਿ 2 ਨੂੰ ਜਦੋਂ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਤਾਂ ਉਸ ਸਮੇਂ ਉਹਨਾਂ ਦੀ ਮੌਤ ਹੋ ਗਈ ਹੈ। ਤਾਂ ਦੱਸ ਦਈਏ ਕਿ ਜਲੰਧਰ 'ਚ ਇਹ ਦਰਦਨਾਕ ਹਾਦਸਾ ਵਾਪਰਿਆ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਦਕਿ ਜੇਸੀਬੀ ਦਾ ਜੋ ਡਰਾਈਵਰ ਹੈ ਉਹ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ। ਹਾਲਾਂਕਿ ਕਿਹਾ ਜਾ ਰਿਹਾ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਜੋ ਹੈ ਉਹ ਚੱਕਣਾ ਚੂਰ ਹੋ ਗਿਆ ਅਤੇ 3 ਲੋਕਾਂ ਦੀ ਇਸ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ। ਅੱਜ ਮੈਂ ਥਾਣੇ ਵਿੱਚ ਹਾਜ਼ਰ ਸੀਗਾ ਅਤੇ ਸ਼ਾਮੀ ਮੈਨੂੰ ਪਤਾ ਲੱਗਾ ਕਿ ਇੱਕ ਜਗਜੀਤਪੁਰ ਦੇ ਲਾਗੇ ਐਕਸੀਡੈਂਟ ਹੋਇਆ। ਮੈਂ ਮੌਕੇ 'ਤੇ ਗਿਆ, ਮੌਕੇ 'ਤੇ ਜਾ ਕੇ ਦੇਖਿਆ ਕਿ ਇੱਕ JCB ਔਰ ਇੱਕ ਮੋਟਰਸਾਈਕਲ ਉੱਥੇ ਖੜ੍ਹਾ ਸੀਗਾ, ਇੱਕ ਡੈਡ ਬੋਡੀ ਪਈ ਸੀਗੀ। ਅਤੇ ਜਦੋਂ ਉੱਥੇ ਮੈਂ ਗਿਆ ਤਾਂ ਪਬਲਿਕ ਕਾਫੀ ਇਕੱਠੀ ਹੋਈ ਸੀ, ਉਹਨਾਂ ਨੇ ਕਿਹਾ ਵੀ 3 ਮੁੰਡਿਆਂ ਦਾ ਜਿਹੜਾ ਐਕਸੀਡੈਂਟ ਹੋਇਆ ਇਹ ਹੁਸ਼ਿਆਰਪੁਰ ਵੱਲੋਂ ਆ ਰਹੇ ਸੀਗੇ ਅਤੇ ਇੱਧਰੋਂ ਜਿਹੜੀ ਆ ਫਗਵਾੜੇ ਵੱਲੋਂ ਜਾ ਰਹੀ ਸੀ JCB, ਉਹ ਜਗਜੀਤਪੁਰ ਨੂੰ ਮੋਟਰ ਲੱਗੀ ਸੀ, ਉਹ ਮੁੜ ਗਈ ਆ, ਇਹਨਾਂ ਦੇ ਆਪਸ ਵਿੱਚ ਉੱਥੇ ਟੱਕਰ ਹੋਈ ਹੈ। ਇਹ ਮੁੰਡੇ ਕਾਹਤੇ ਸੀ ਜੀ? ਮੁੰਡੇ ਮੋਟਰਸਾਈਕਲ ਦੇ ਸੀ। ਅੱਛਾ, ਬਾਕੀ ਕੀ ਬਣਿਆ ਬੱਕੀਆਂ ਦਾ ਜੀ? ਬਾਕੀ ਇਹ ਵੀ 3 ਹੀ ਐਕਸਪਾਇਰ ਹੋ ਗਏ ਆ। 3 ਡੈਡ ਹੋ ਗਏ? 3 ਡੈਡ ਹੋ ਗਏ। ਇਹ ਹਸਪੀਟਲ ਹੋ ਗਏ ਕਿ ਮੌਕੇ 'ਤੇ ਆ ਗਏ? ਇੱਕ ਮੌਕੇ 'ਤੇ ਹੋ ਗਿਆ, 2 ਹਸਪੀਟਲ ਜਾ ਕੇ ਹੋਏ। ਕੀ ਨਾਮ ਵਗੈਰਾ ਤਾਂ ਕਲੀਅਰ ਹੋ ਗਿਆ ਜੀ? ਉਹ ਇੱਕ ਸੀਗਾ ਰੋਹਿਤ ਜੀ, ਸਨ ਆਫ ਦੁਬਈ ਵਾਸੀ ਗੋਬਿੰਦਪੁਰਾ, ਅਤੇ ਦੂਸਰਾ ਹੈਗਾ ਜੀ ਅਸ਼ੀਸ਼ ਕੁਮਾਰ, ਸਨ ਆਫ ਗੋਲੂ, ਤੀਸਰਾ ਹੈਗਾ ਸੀਗਾ ਜੀ ਮਨੋਜ ਕੁਮਾਰ ਵਾਸੀ ਗੋਬਿੰਦ। ਇਹ 3 ਜਿਹੜਾ ਗੋਬਿੰਦ ਦੇ ਰਹਿਣ ਵਾਲੇ ਆ। ਇਹਨੂੰ ਦੱਸਿਆ ਵੀ ਕਿੱਥੋਂ ਆ ਰਹੇ ਸੀ? ਇਹ ਸਰ ਹੁਸ਼ਿਆਰਪੁਰ ਤੋਂ ਆ ਰਹੇ ਸੀ, ਇਹ ਕੰਮ ਕਰਦੇ ਸੀ ਇਹਦਾ ਟਾਈਮ ਪੱਥਰ ਵਗੈਰਾ ਦਾ ਕੰਮ ਕਰਦੇ ਸੀਗੇ। ਅਤੇ ਜਿਹੜਾ JCB ਵਾਲਾ ਜੀ? JCB ਵਾਲਾ ਜਿਹੜਾ ਸੀ ਉਹ ਮੌਕੇ ਤੋਂ ਦੌੜ ਗਿਆ ਸੀਗਾ। ਅਤੇ ਐਕਸੀਡੈਂਟ ਦਾ ਕਾਰਨ ਸਾਹਮਣੇ ਕੁਛ ਮੌਕੇ 'ਤੇ ਲੱਗਾ? ਐਕਸੀਡੈਂਟ ਦਾ ਜਿਹੜਾ ਕਾਰਨ ਆ ਵੀ ਜਿਹੜੀ ਪਬਲਿਕ ਸੀ ਉਹ ਤਾਂ ਕਹਿ ਰਹੇ ਵੀ ਇਹਨਾਂ ਦਾ ਜਦੋਂ ਮੁੜਨ ਲੱਗੇ ਸੀ ਇਹਨਾਂ ਨੇ ਨਹੀਂ ਦੇਖਿਆ ਜਾਂ ਕਿੱਦਾਂ ਵੀ ਸੀਗਾ ਅਤੇ ਉਹ ਇੱਕ ਦੂਜੇ ਦੇ ਵਿੱਚ ਵੱਜ ਗਏ। ਇੱਕ ਲੱਗੇ ਅਤੇ JCB ਕਬਜ਼ੇ 'ਚ ਆ ਜੀ? JCB ਅਸੀਂ ਕਬਜ਼ੇ 'ਚ ਲੈ ਲਈ। ਅਤੇ ਡਰਾਈਵਰ ਜੀ? ਡਰਾਈਵਰ ਜਦੋਂ ਮੌਕੇ ਤੋਂ ਭੱਜ ਗਏ ਸੀ, ਸਾਡੇ ਜਾਣ ਤੋਂ ਪਹਿਲਾਂ ਉੱਥੋਂ ਕਿਸੇ। ਅਤੇ 3 ਵਿਅਕਤੀਆਂ ਡੈੱਡ ਬੋਡੀਆਂ ਜੀ? ਡੈੱਡ ਬੋਡੀਆਂ 3 ਨੇ ਜੀ। ਉਹ ਅਸੀਂ ਡੈੱਡ ਹੋ ਸਰਕਾਰ ਦੇ। ਅਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ? ਅਸੀਂ ਹੁਣ ਪਰਚਾ ਲੱਗੀ ਜੀ ਦਰਜ ਕਰਨ। ਇੱਕ JCB ਮਸ਼ੀਨ ਅਤੇ ਬਾਈਕ ਦੀ ਆਮੋ ਸਾਹਮਣੇ ਟੱਕਰ 'ਚ 3 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਇੱਕ ਵਿਅਕਤੀ ਦੀ ਤਾਂ ਮੌਕੇ 'ਤੇ ਹੀ ਜਾਨ ਚਲੀ ਗਈ, ਜਦਕਿ 2 ਵਿਅਕਤੀਆਂ ਨੂੰ ਜਦੋਂ ਰਾਹਗੀਰਾਂ ਦੀ ਮਦਦ ਦੇ ਨਾਲ ਹਸਪਤਾਲ ਪਹੁੰਚਾਇਆ ਗਿਆ ਤਾਂ 2 ਨੇ ਹਸਪਤਾਲ ਦੇ ਵਿੱਚ ਜਾ ਕੇ ਦਮ ਤੋੜ ਦਿੱਤਾ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਜਲੰਧਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਬਾਈਕ ਅਤੇ JCB ਦੇ ਵਿਚਕਾਰ ਆਮੋ ਸਾਹਮਣੇ ਦੀ ਟੱਕਰ ਹੋਈ ਹੈ। ਕਿਹਾ ਜਾ ਰਿਹਾ ਕਿ ਇੱਕ ਬਾਈਕ ਦੇ ਉੱਤੇ ਇਹ 3 ਲੋਕ ਸਵਾਰ ਸੀ, ਹਾਲਾਂਕਿ ਪੱਥਰ ਲਾਉਣ ਦਾ ਇਹ ਘਰਾਂ ਦੇ ਵਿੱਚ ਕੰਮ ਕਰਦੇ ਨੇ, ਪਰ ਕਿਹਾ ਜਾ ਰਿਹਾ ਕਿ ਜਿਵੇਂ ਹੀ ਇਹ ਆਪਣਾ ਕੰਮ ਕਰਕੇ ਘਰ ਵਾਪਸ ਜਾ ਰਹੇ ਸੀ ਤਾਂ ਅਚਾਨਕ ਹੀ ਇਹਨਾਂ ਦੀ ਟੱਕਰ JCB ਮਸ਼ੀਨ ਦੇ ਨਾਲ ਹੋ ਜਾਂਦੀ ਹੈ, ਜਿਸ ਦੇ ਵਿੱਚ 3 ਲੋਕਾਂ ਦੀ ਮੌਕੇ 'ਤੇ ਹੀ ਜਾਨ ਚਲੀ ਗਈ ਹੈ। ਹਾਲਾਂਕਿ 1 ਦੀ ਮੌਕੇ 'ਤੇ ਮੌਤ ਹੋਈ ਹੈ, ਜਦਕਿ 2 ਨੂੰ ਜਦੋਂ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਤਾਂ ਉਸ ਸਮੇਂ ਉਹਨਾਂ ਦੀ ਮੌਤ ਹੋ ਗਈ ਹੈ। ਤਾਂ ਦੱਸ ਦਈਏ ਕਿ ਜਲੰਧਰ 'ਚ ਇਹ ਦਰਦਨਾਕ ਹਾਦਸਾ ਵਾਪਰਿਆ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਦਕਿ JCB ਦਾ ਜੋ ਡਰਾਈਵਰ ਹੈ
ਉਹ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ। ਹਾਲਾਂਕਿ ਕਿਹਾ ਜਾ ਰਿਹਾ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਜੋ ਹੈ ਉਹ ਚੱਕਣਾ ਚੂਰ ਹੋ ਗਿਆ ਤੇ 3 ਲੋਕਾਂ ਦੀ ਇਸ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ। ਅੱਜ ਮੈਂ ਥਾਣੇ ਵਿੱਚ ਹਾਜ਼ਰ ਸੀਗਾ ਅਤੇ ਸ਼ਾਮੀ ਮੈਨੂੰ ਪਤਾ ਲੱਗਾ ਕਿ ਇੱਕ ਜਗਜੀਤਪੁਰ ਦੇ ਲਾਗੇ ਐਕਸੀਡੈਂਟ ਹੋਇਆ। ਮੈਂ ਮੌਕੇ 'ਤੇ ਗਿਆ, ਮੌਕੇ 'ਤੇ ਜਾ ਕੇ ਦੇਖਿਆ ਕਿ ਇੱਕ JCP ਔਰ ਇੱਕ ਮੋਟਰਸਾਈਕਲ ਉੱਥੇ ਖੜ੍ਹਾ ਸੀਗਾ, ਇੱਕ ਡੈਡ ਬੋਡੀ ਪਈ ਸੀਗੀ। ਅਤੇ ਜਦੋਂ ਉੱਥੇ ਮੈਂ ਗਿਆ ਤਾਂ ਪਬਲਿਕ ਕਾਫੀ ਇਕੱਠੀ ਹੋਈ ਸੀ। ਉਹਨਾਂ ਨੇ ਕਿਹਾ ਵੀ 3 ਮੁੰਡਿਆਂ ਦਾ ਜਿਹੜਾ ਐਕਸੀਡੈਂਟ ਹੋਇਆ ਇਹ ਹੁਸ਼ਿਆਰਪੁਰ ਵੱਲੋਂ ਆ ਰਹੇ ਸੀਗੇ ਅਤੇ ਇੱਧਰੋਂ ਜਿਹੜੀ ਆ ਫਗਵਾੜੇ ਵੱਲੋਂ ਜਾ ਰਹੀ ਸੀ JCP, ਉਹ ਜਗਜੀਤਪੁਰ ਨੂੰ ਮੋਟਰ ਲੱਗੀ ਸੀ, ਉਹ ਮੁੜ ਗਈ ਆ। ਇਹਨਾਂ ਦੇ ਆਪਸ ਵਿੱਚ ਉੱਥੇ ਟੱਕਰ ਹੋਈ ਹੈ। ਇਹ ਮੁੰਡੇ ਕਾਤੇ ਸੀ ਜੀ? ਮੁੰਡੇ ਮੋਟਰਸਾਈਕਲ ਦੇ ਸੀ। ਅੱਛਾ, ਬਾਕੀ ਕੀ ਬਣਿਆ ਮੱਕੀਆਂ ਦਾ ਜੀ? ਬਾਕੀ ਇਹ ਵੀ 3 ਹੀ ਐਕਸਪਾਇਰ ਹੋ ਗਿਆ। 3 ਡੈਡ ਹੋ ਗਏ? 3 ਡੈਡ ਹੋ ਗਏ। ਇਹ ਹਸਪੀਟਲ ਹੋ ਗਏ ਕਿ ਮੌਕੇ ਤੇ ਆ ਗਏ? ਇੱਕ ਮੌਕੇ ਤੇ ਹੋ ਗਿਆ, 2 ਹਸਪੀਟਲ ਜਾ ਕੇ ਹੋਏ। ਕੀ ਨਾਮ ਵਗੈਰਾ ਤਾਂ ਕਲੀਅਰ ਹੋਗਾ ਜੀ? ਉਹ ਇੱਕ ਸੀਗਾ ਰੋਹਿਤ ਜੀ, ਸਨ ਆਫ ਦੁਬਈ ਵਾਸੀ ਗੋਬਿੰਦਪੁਰਾ, ਅਤੇ ਦੂਸਰਾ ਹੈਗਾ ਜੀ ਆਸ਼ੀਸ਼ ਕੁਮਾਰ, ਸਨ ਆਫ ਗੋਲੂ, ਤੀਸਰਾ ਹੈਗਾ ਸੀਗਾ ਜੀ ਮਨੋਜ ਕੁਮਾਰ ਵਾਸੀ ਗੋਬਿੰਦ। ਇਹ 3 ਜਿਹੜਾ ਗੋਬਿੰਦ ਦੇ ਰਹਿਣ ਵਾਲੇ ਆ। ਇਹਨੂੰ ਦੱਸਿਆ ਵੀ ਕਿੱਥੋਂ ਆ ਰਹੇ ਸੀ ਇਹ? ਇਹ ਸਰ ਹੁਸ਼ਿਆਰਪੁਰ ਤੋਂ ਆ ਰਹੇ ਸੀ, ਇਹ ਕੰਮ ਕਰਦੇ ਸੀ ਇਹਦਾ ਟਾਈਲ ਪੱਥਰ ਵਗੈਰਾ ਦਾ ਕੰਮ ਕਰਦੇ ਸੀ। ਅਤੇ ਜਿਹੜਾ JCB ਵਾਲਾ ਜੀ? JCP ਵਾਲਾ ਜਿਹੜਾ ਸੀ ਉਹ ਮੌਕੇ ਤੋਂ ਦੌੜ ਗਿਆ ਸੀਗਾ ਜੀ। ਅਤੇ ਐਕਸੀਡੈਂਟ ਦਾ ਕਾਰਨ ਸਾਹਮਣੇ ਕੁਛ ਮੌਕੇ 'ਤੇ ਲੱਗਾ? ਐਕਸੀਡੈਂਟ ਦਾ ਜਿਹੜਾ ਕਾਰਨ ਆ ਵੀ ਜਿਹੜੀ ਪਬਲਿਕ ਸੀ ਉਹ ਤਾਂ ਕਹਿ ਰਹੇ ਵੀ ਇਹਨਾਂ ਦਾ ਜਦੋਂ ਮੁੜਨ ਲੱਗੇ ਸੀ ਇਹਨਾਂ ਨੇ ਨਹੀਂ ਦੇਖਿਆ ਜਾਂ ਕਿੱਦਾਂ ਵੀ ਸੀਗਾ ਅਤੇ ਉਹ ਇੱਕ ਦੂਜੇ ਦੇ ਵਿੱਚ ਵੱਜ ਗਏ। ਇੱਕ ਲੱਗੇ ਅਤੇ JCB ਕਬਜ਼ੇ 'ਚ ਆ ਜੀ? JCB ਅਸੀਂ ਕਬਜ਼ੇ 'ਚ ਲੈ ਲਈ। ਅਤੇ ਡਰਾਈਵਰ ਜੀ? ਡਰਾਈਵਰ ਜਦੋਂ ਮੌਕੇ ਤੋਂ ਭੱਜ ਗਏ ਸੀ, ਸਾਡੇ ਜਾਣ ਤੋਂ ਪਹਿਲਾਂ ਉੱਥੋਂ ਕਿਸੇ। ਅਤੇ 3 ਵਿਅਕਤੀਆਂ ਡੈਡ ਬੋਡੀਆਂ ਜੀ? ਡੈਡ ਬੋਡੀਆਂ 3 ਨੇ ਜੀ। ਉਹ ਅਸੀਂ ਡੈਡ ਹੋ ਸਰਕਾਰ ਦੇ। ਅਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ? ਅਸੀਂ ਹੁਣ ਪਰਚਾ ਲੱਗੀ ਜੀ ਦਰਜ ਕਰਨ।